ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ। ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿੱਚ ਆਉਣ ਨਾਲ ਇੱਕ ਬਜ਼ੁਰਗ ਦੀ ਮੌਤ ਹੋ ਗਈ ਹੈ ਔਰ ਕਾਰ ਚਾਲਕ ਕਾਰ ਨੂੰ ਮੌਕੇ ਤੋਂ ਲੈ ਕੇ ਫਰਾਰ ਹੋ ਗਿਆ। ਬੰਗਾ ਫਗਵਾੜਾ ਨੈਸ਼ਨਲ ਹਾਈਵੇ 'ਤੇ ਸਥਿਤ ਮਜਾਰੀ ਵਿਖੇ ਇੱਕ ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿੱਚ ਆਉਣ ਨਾਲ ਇੱਕ ਧਾਰਮਿਕ ਸਥਾਨ ਦੇ ਮੁੱਖ ਸੇਵਾਦਾਰ 70-75 ਕੁ ਸਾਲਾ ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਮੌਕੇ 'ਤੇ ਮਿਲੀ ਜਾਣਕਾਰੀ ਅਨੁਸਾਰ ਇੱਕ ਤੇਜ਼ ਰਫ਼ਤਾਰ ਲਾਲ ਰੰਗ ਦੀ ਕਾਰ ਨੰਬਰ DL8CAY7647 ਜੋ ਕਿ ਫਗਵਾੜਾ ਸਾਈਡ ਤੋਂ ਨਵਾਂ ਸ਼ਹਿਰ ਸਾਈਡ ਵੱਲ ਜਾ ਰਹੀ ਸੀ, ਜਿਵੇਂ ਹੀ ਉਕਤ ਕਾਰ ਪਿੰਡ ਮਜਾਰੀ ਨਜ਼ਦੀਕ ਪੁੱਜੀ ਤਾਂ ਸੜਕ ਨੂੰ ਪਾਰ ਕਰ ਰਹੇ ਇੱਕ 70-75 ਸਾਲਾ ਬਜ਼ੁਰਗ ਨਾਲ ਟਕਰਾ ਗਈ, ਜਿਸਦੇ ਫਲਸਰੂਪ ਉਕਤ ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਹਾਜ਼ਰ ਪਿੰਡ ਮਜਾਰੀ ਨਿਵਾਸੀਆਂ ਦਾ ਕਹਿਣਾ ਸੀ ਕਿ ਉਕਤ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬਜ਼ੁਰਗ ਨੂੰ ਕਾਫੀ ਦੂਰ ਤੱਕ ਜਿਹੜੀ ਕਾਰ ਘਸੀੜਦੀ ਲੈ ਗਈ ਔਰ ਬਜ਼ੁਰਗ ਨੂੰ ਦੂਰ ਸੜਕ ਤੱਕ ਜਿਹੜੀ ਇਹ ਕਾਰ ਘਸੀੜਦੀ ਲੈ ਗਈ। ਉਹਨੇ ਦੱਸਿਆ ਹਾਦਸੇ ਤੋਂ ਬਾਅਦ ਉਕਤ ਕਾਰ ਦੀ ਨੰਬਰ ਪਲੇਟ ਸੜਕ 'ਤੇ ਹੀ ਡਿੱਗ ਪਈ, ਪਰ ਕਾਰ ਚਾਲਕ ਮੌਕੇ ਤੋਂ ਕਾਰ ਸਮੇਤ ਫਰਾਰ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ASI ਵਿਜੇ ਕੁਮਾਰ, ASI ਸਿਕੰਦਰ ਸਿੰਘ ਮੌਕੇ 'ਤੇ ਪੁੱਜ ਗਏ ਅਤੇ ਮ੍ਰਿਤਕ ਬਜ਼ੁਰਗ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਨੈਸ਼ਨਲ ਹਾਈਵੇ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬੰਗਾ ਪਹੁੰਚਾਇਆ ਗਿਆ। ਹਾਦਸੇ ਵਿੱਚ ਮਾਰੇ ਗਏ ਬਜ਼ੁਰਗ ਦੀ ਪਹਿਚਾਣ ਮਿੰਦਰ ਸ਼ਾਹ ਵਜੋਂ ਹੋਈ ਹੈ, ਜੋ ਪਿੰਡ ਮਜਾਰੀ ਦੇ ਹੀ ਜੇਠਾ ਜੀ ਨਾਮੀ ਧਾਰਮਿਕ ਸਥਾਨ 'ਤੇ ਸੇਵਾਦਾਰ ਸੀ। ਤਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਂਦੇ ਹਾਂ। ਜਦੋਂ ਪੁਲਿਸ ਅਧਿਕਾਰੀ ਮੌਕੇ 'ਤੇ ਜਿਹੜੇ ਮੌਜੂਦ ਨੇ ਅਤੇ ਉਹਨਾਂ ਦੇ ਹੱਥ ਵਿੱਚ ਤੁਹਾਨੂੰ ਨੰਬਰ ਪਲੇਟ ਜਿਹੜੀ ਕਾਰ ਦੀ ਨਜ਼ਰ ਆਏਗੀ, ਔਰ ਕਾਰ ਚਾਲਕ ਜਿਹੜਾ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ, ਲੇਕਿਨ ਉੱਥੇ ਉਸਦੀ ਕਾਰ ਦੀ ਨੰਬਰ ਪਲੇਟ ਡਿੱਗ ਗਈ ਜਿੱਥੋਂ ਕਾਰ ਚਾਲਕ ਟਰੇਸ ਹੋ ਸਕਦਾ ਹੈ। ਤਾਂ ਦਿਖਾਉਂਦੇ ਤੁਹਾਨੂੰ ਮੌਕੇ ਦੀਆਂ ਤਸਵੀਰਾਂ। ਬਸ ਅਸੀਂ ਮੌਕੇ 'ਤੇ ਪਹੁੰਚ ਗਏ ਹਾਂ। ਹਾਂਜੀ, ਮੌਕੇ 'ਤੇ ਪਹੁੰਚ ਕੇ ਸਾਨੂੰ ਆਪਣੇ ਨੰਬਰ ਪਲੇਟ ਮਿਲੀ ਆ। ਅੱਛਾ ਜੀ। ਅਤੇ ਜਿਹੜੀ ਨੰਬਰ ਪਲੇਟ ਮਿਲੀ ਆ ਇਹਦਾ ਅਸੀਂ ਹੁਣੇ ਵਾਇਰਲੈਸ ਰਾਹੀਂ ਮੈਸੇਜ ਕਰਵਾਤਾ ਆ ਕਿ ਗੱਡੀ ਜਿੱਥੇ ਵੀ ਇਹ ਮਿਲਦੀ ਇਹਨੂੰ ਰਾਊਂਡ ਅਪ ਕਰੋ, ਇੱਥੇ ਐਕਸੀਡੈਂਟ ਕਰਕੇ ਗਈ ਆ ਅਤੇ ਬੰਦਾ ਬਚ ਗਿਆ ਕਿ ਬਾਕੀ ਪਤਾ ਜਾ ਕੇ ਉਹਨੂੰ ਹਲੇ ਉਹਨੂੰ ਡੈਥ ਹੋ ਗਈ ਲੱਗ ਦੱਸਦੇ ਆ, ਅਤੇ ਬਾਕੀ ਹੁਣ ਬਾਕੀ ਡਾਕਟਰ ਸਾਹਿਬ ਕਲੀਅਰ ਕਰੂਗੇ, ਉਹਨੇ ਹੋਸਪਿਟਲ ਲੈ ਕੇ ਜਾ ਰਹੇ ਉਹਨੂੰ। ਠੀਕ ਹੈ ਜੀ, ਬਾਕੀ ਦੇਖਦੇ ਹਾਂ ਆਪਣਾ। ਬਸ ਅਸੀਂ ਮੌਕੇ 'ਤੇ ਪਹੁੰਚ ਗਏ ਹਾਂ। ਹਾਂਜੀ, ਮੌਕੇ 'ਤੇ ਪਹੁੰਚ ਕੇ ਸਾਨੂੰ ਆਪਣੇ ਨੰਬਰ ਪਲੇਟ ਮਿਲੀ ਆ। ਅੱਛਾ ਜੀ। ਅਤੇ ਜਿਹੜੀ ਨੰਬਰ ਪਲੇਟ ਮਿਲੀ ਆ ਇਹਦਾ ਅਸੀਂ ਹੁਣੇ ਵਾਇਰਲੈਸ ਰਾਹੀਂ ਮੈਸੇਜ ਕਰਵਾਤਾ ਆ ਕਿ ਗੱਡੀ ਜਿੱਥੇ ਵੀ ਇਹ ਮਿਲਦੀ ਇਹਨੂੰ ਰਾਊਂਡ ਅਪ ਕਰੋ, ਇੱਥੇ ਐਕਸੀਡੈਂਟ ਕਰਕੇ ਗਈ ਆ ਅਤੇ ਬੰਦਾ ਬਚ ਗਿਆ ਕਿ ਬਾਕੀ ਪਤਾ ਜਾ ਕੇ ਉਹਨੂੰ ਹਲੇ ਉਹਨੂੰ ਡੈਥ ਹੋ ਗਈ ਲੱਗ ਦੱਸਦੇ ਆ, ਅਤੇ ਬਾਕੀ ਹੁਣ ਬਾਕੀ ਡਾਕਟਰ ਸਾਹਿਬ ਕਲੀਅਰ ਕਰੂਗੇ, ਉਹਨੇ ਹੋਸਪਿਟਲ ਲੈ ਕੇ ਜਾ ਰਹੇ ਉਹਨੂੰ। ਠੀਕ ਹੈ ਜੀ, ਬਾਕੀ ਦੇਖਦੇ ਹਾਂ।